ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਹਫਤਾਵਾਰੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰਾਂ ਸਿਆਣੀ ਇਹ ਗੱਲ ਸਠੀ ਕਹਿੰਦੇ ਨੇ ਕਿ ਇਸ ਜਹਾਨ ਦੇ ਉੱਤੇ ਸਦਾ ਕਿਸੇ ਨੇ ਬੈਠੇ ਨਹੀਂ ਰਹਿਣਾ ਸਭ ਨੇ ਆਪੋ ਆਪਣੀ ਵਾਰੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਣਾ ਜਦੋਂ ਕੋਈ ਸ਼ਖਸੀਅਤ ਚਲੀ ਜਾਂਦੀ ਹੈ ਤੇ ਅਸੀਂ ਉਹਦੇ ਕੀਤੇ ਹੋਏ ਕੰਮਾਂ ਨੂੰ ਚਿਤਵਦੇ ਹਾਂ ਯਾਦ ਕਰਦੇ ਹਾਂ ਤਾਂ ਫੇਰ ਹਰਭਜਨ ਮਾਨ ਦਾ ਗਾਇਆ ਹੋਇਆ ਤੇ ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ ਇੱਕ ਗੀਤ ਚੇਤੇ ਆ ਜਾਂਦਾ ਹੈ ਕਿ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਮਰਗਿਆਂ ਦੇ ਪਿੱਛੋਂ ਲੋਕੀ ਪਾਉਂਦੇ ਕਹਾਣੀਆਂ ਮਾਨਾ ਮਰ ਜਾਣਾ ਸਭ ਨੇ ਯਾਦਾਂ ਰਹਿ ਜਾਣੀਆਂ ਬਾਲੀਵੁੱਡ ਦੀ ਇੱਕ ਅਦਾਕਾਰਾ ਸੀ ਬੇਗਮ ਪਾਰਾ ਬੇਗਮ ਪਾਰਾ ਉਹ ਜ਼ਹੀਨ ਹੀਰੋਇਨ ਜਿਹੜੀ ਹੁਣ ਇਸ ਜਹਾਨ ਦੇ ਉੱਤੇ ਬੇਸ਼ੱਕ ਨਹੀਂ ਹੈ 2008 ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਪਰ ਇਸ ਅਦਾਕਾਰਾ ਨੇ ਆਪਣੇ ਫਿਲਮ ਕੈਰੀਅਰ ਦੇ ਵਿੱਚ ਜਿਹੋ ਜੀ ਅਦਾਕਾਰੀ ਕੀਤੀ ਜਿਹੋ ਜੀ ਤਾਜ਼ਾ ਤਰੀਨ ਸ਼ਖਸੀਅਤ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਅੱਜ ਤੱਕ ਇਹਨਾਂ ਦੀ ਅਦਾਕਾਰੀ ਤੇ ਇਹਨਾਂ ਦੀਆਂ ਬਾਕੀ ਵਕ-ਵਕ ਗੱਲਾਂ ਬਾਤਾਂ ਨੂੰ ਚੇਤੇ ਕੀਤਾ ਜਾਂਦਾ ਹੈ 1959 ਦੇ ਵਿੱਚ ਅਜਵਾਂ ਫਿਲਮ ਅਭਨੇਤਰੀਆਂ ਫੋਟੋ ਸ਼ੂਟ ਨਹੀਂ ਸੀ ਕਰਵਾਉਂਦੀਆਂ ਪਰ ਉਸ ਵਕਤ ਵੀ ਇਸ ਅਦਾਕਾਰਾ ਨੇ ਚਿੱਟੇ ਰੰਗ ਦੀ ਸਾੜੀ ਦੇ ਵਿੱਚ ਇੱਕ ਇਹੋ ਜਿਹਾ ਫੋਟੋ ਸ਼ੂਟ ਕਰਵਾਇਆ ਸੀ ਕਿ ਚਾਰੇ ਪਾਸੇ ਰਥਲੀ ਜੀ ਮਚਗੀ ਸੀ ਕਈਆਂ ਨੇ ਕਿਹਾ ਸੀ ਇਹ ਬਹੁਤ ਮਾੜੀ ਗੱਲ ਹੈ ਤੇ ਕਈਆਂ ਨੇ ਕਿਹਾ ਸੀ ਕਿ ਭਵਿੱਖ ਦੇ ਵਿੱਚ ਏਦਾਂ ਦਾ ਸਭ ਕੁਝ ਹੁੰਦਾ ਹੀ ਰਹਿਣਾ ਇਹਨੂੰ ਅਸੀਂ ਇੱਕ ਪੈਰ ਧਰਾਵਾ ਮੰਨ ਸਕਦੇ ਹਾਂ ਮਾਡਰਨ ਦੁਨੀਆ ਦੇ ਵੱਲ ਪਰ ਗੱਲਾਂ ਬਾਤਾਂ ਉਹ ਬੀਤ ਚੁੱਕੀਆਂ ਨੇ ਗੱਲ ਕਰੀਏ ਜੇਕਰ ਬੀਗਮ ਪਾਰਾ ਦੀ ਅਦਾਕਾਰੀ ਦੀ ਤਾਂ 1940 ਤੋਂ ਲੈ ਕੇ 1955 ਤੱਕ ਦੇ ਦੌਰ ਨੂੰ ਇਹਨਾਂ ਦਾ ਫਿਲਮੀ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ 1944 ਦੇ ਵਿੱਚ ਬੀਗਮ ਪਾਰਾ ਦੀ ਪਹਿਲੀ ਫਿਲਮ ਆਈ ਸੀ ਚਾਂਦ ਜਿਦੇ ਜ਼ਰੀਏ ਇਨਾਂ ਨੇ ਸਾਬਤ ਕੀਤਾ ਕਿ ਮੇਰੇ ਅੰਦਰ ਕਲਾ ਹੈ ਤੇ ਉਸ ਤੋਂ ਬਾਅਦ ਜੰਜੀਰ ਨਯਾਗਰ ਲੈਲਾ ਮਜਨੂ ਸੋਹਣੀ ਮਹੀਵਾਲ ਤੇ ਕਈ ਹੋਰ ਫਿਲਮਾਂ ਦੇ ਜ਼ਰੀਏ ਇਨਾਂ ਨੇ ਆਪਣੀ ਖੂਬਸੂਰਤ ਅਦਾਕਾਰੀ ਪੇਸ਼ ਕੀਤੀ ਬੀਗਮ ਪਾਰਾ ਦੀ ਆਖਰੀ ਹਿੰਦੀ ਫਿਲਮ ਸੀ ਸੰਜੇ ਲੀਲਾ ਪੰਸਾਲੀ ਵੱਲੋਂ ਨਿਰਦੇਸ਼ਿਤ ਸਾਂਵਰੀਆ ਉਸ ਤੋਂ ਬਾਅਦ ਇਹ ਬਿਮਾਰ ਰਹਿਣਾ ਸ਼ੁਰੂ ਹੋ ਗਏ ਤੇ 2008 ਦੇ ਵਿੱਚ ਬੀਗਮ ਪਾਰਾ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਬੇਸ਼ੱਕ ਬੇਗਮ ਪਾਰਾ ਨੂੰ ਇਸ ਜਹਾਨ ਤੋਂ ਗਿਆ ਕਈ ਵਾਰੇ ਹੋ ਚੁੱਕੇ ਨੇ ਪਰ ਜਦੋਂ ਵੀ ਇਹਨਾਂ ਦੀਆਂ ਫਿਲਮਾਂ ਨੂੰ ਦੇਖੀਦਾ ਏ ਤਾਂ ਇਦਾਂ ਜਪਦਾ ਕਿ ਇਹ ਅੱਜ ਵੀ ਸਾਡੇ ਵਿੱਚ ਬਿਰਾਜਮਾਨ ਨੇ ਇਹ ਅੱਜ ਵੀ ਸਾਡੇ ਨਾਲ ਉੱਠ ਕੇ ਗੱਲਾਂ ਕਰਨਗੇ ਇਹ ਅੱਜ ਵੀ ਅਦਾਕਾਰੀ ਦੇ ਵੱਖ-ਵੱਖ ਪਹਿਲੂਆਂ ਦੇ ਬਾਬਤ ਜਾਣਕਾਰੀ ਦੇਣਗੇ ਇਹੋ ਜੀਆਂ ਜ਼ਹੀਨ ਹਸਤੀਆਂ ਨੂੰ ਇਹੋ ਜਿਹੇ ਮਹਾਨ ਕਲਾਕਾਰਾਂ ਨੂੰ ਸਾਡੇ ਵੱਲੋਂ ਲੱਖ ਵਾਰ ਸਲਾਮ ਹੈ ਸੋਸ਼ਲ ਮੀਡੀਆ ਦੀ ਚਰਚਾ ਅੱਜਕੱਲ੍ਹ ਘਰ-ਘਰ ਚੱਲ ਰਹੀ ਹੈ ਬਹੁਤ ਸਾਰੇ ਰਾਜਨੀਤਿਕ ਆਗੂ ਦਲ ਬੇਸ਼ੱਕ ਕਰਗੇ ਫਿਲਮ ਅਦਾਕਾਰਾਂ ਦੀ ਜਾਂ ਕੋਈ ਵੀ ਹੋਰ ਆਮ ਖਾਸ ਵਿਅਕਤੀ ਹੋਵੇ ਉਹ ਫੇਸਬੁੱਕ ਤੇ ਟਵਿੱਟਰ ਨੂੰ ਵਰਤਣਾ ਅੱਜਕੱਲ ਜ਼ਰੂਰੀ ਸਮਝ ਰਿਹਾ ਹੈ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੇ ਵੱਲੋਂ ਤਾਂ ਅੱਜਕੱਲ ਆਪਣੇ ਦਿਲ ਦੀ ਗੱਲ ਟਵਿੱਟਰ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਹੋਰ ਅੰਗਾਂ ਦੇ ਉੱਤੇ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਟੀਵੀ ਚੈਨਲਾਂ ਵੱਲੋਂ ਜਾਂ ਅਖਬਾਰਾਂ ਦੇ ਵੱਲੋਂ ਉਹਨਾਂ ਦੀ ਉਸ ਕਹਾਣੀ ਦੇ ਉੱਤੇ ਹੀ ਖਬਰਾਂ ਕਈ-ਕਈ ਮਿੰਟ ਦੀਆਂ ਕਈ-ਕਈ ਘੰਟੇ ਦੀਆਂ ਤੇ ਕਈ-ਕਈ ਕਾਲਮ ਦੀਆਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਪਿਛਲੇ ਦਿਨੀ ਰਿਸ਼ੀ ਕਪੂਰ ਨੇ ਰਾਹੁਲ ਗਾਂਧੀ ਦੇ ਉੱਤੇ ਇੱਕ ਤਿੱਖੀ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਕਿਉਂਕਿ 59 ਦਿਨ ਦੀ ਯਾਤਰਾ ਤੋਂ ਬਾਅਦ ਛੁੱਟੀ ਤੋਂ ਬਾਅਦ ਵਾਪਸ ਦਿੱਲੀ ਦੇ ਵਿੱਚ ਪਰਤੇ ਨੇ ਤੇ ਲੋਕਾਂ ਨੇ ਕਈ ਤਰ੍ਹਾਂ ਦੇ ਕਟਾਕਸ਼ ਕੀਤੇ ਨੇ ਤੇ ਰਿਸ਼ੀ ਕਪੂਰ ਵੀ ਟਵਿੱਟਰ ਦੇ ਉੱਤੇ ਕਟਾਕਸ਼ ਕਰਨੋਂ ਬਾਜ਼ ਨਹੀਂ ਆਏ ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਇੰਨਾ ਹੰਗਾਮਾ ਤੇ ਰੌਲਾ ਰੱਪਾ ਕਿਉਂ ਪਾਇਆ ਯਾਰੋ ਕੋਈ ਆਪਣੇ ਘਰ ਵਾਪਸ ਆਇਆ ਛੁੱਟੀਆਂ ਬਣਾ ਕੇ ਤਾਂ ਉਹਨੂੰ ਬਖਸ਼ ਦਿਓ ਜੇਕਰ ਉਹ ਹਾਲੇ ਵੀ ਆਪਣੇ ਪੈਸੇ ਦੇ ਨਾਲ ਇੰਜੋਏ ਨਾ ਕਰੇਗਾ ਤਾਂ ਫਿਰ ਕੌਣ ਕਰੇਗਾ ਇਹੋ ਜਏ ਲੋਕਾਂ ਨੂੰ ਬਖਸ਼ ਦੇਣਾ ਚਾਹੀਦਾ ਹੈ ਬੇਸ਼ੱਕ ਰਿਸ਼ੀ ਕਪੂਰ ਨੇ ਨਾਂ ਨਹੀਂ ਲਿਆ ਰਾਹੁਲ ਗਾਂਧੀ ਦਾ ਪਰ ਇਸ਼ਾਰਾ ਸਿਰਫ ਤੇ ਸਿਰਫ ਉਹਨਾਂ ਦੇ ਵੱਲ ਹੀ ਹੈ ਮੰਨਿਆ ਇਹ ਜਾ ਰਿਹਾ ਕਿ ਰਿਸ਼ੀ ਕਪੂਰ ਟਵਿੱਟਰ ਦੇ ਉੱਤੇ ਕਈ ਵਾਰ ਤਿੱਖੀਆਂ ਗੱਲਾਂ ਕਰ ਚੁੱਕੇ ਨੇ ਜਿਦੇ ਕਰਕੇ ਕਾਫੀ ਵਾਰ ਰੌਲਾ ਰੱਪਾ ਵੀ ਪਿਆ ਤੇ ਇਹ ਵੀ ਗੱਲ ਸੁਣਨ ਦੇ ਵਿੱਚ ਆਈ ਆ ਕਿ ਰਿਸ਼ੀ ਦੇ ਪੁੱਤਰ ਰਣਬੀਰ ਕਪੂਰ ਨੇ ਆਪਣੇ ਬਾਪੂ ਨੂੰ ਇਹ ਸਲਾਹ ਦਿੱਤੀ ਸੀ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਧਿਆਨ ਨਾਲ ਕਮੈਂਟ ਕਰਿਆ ਕਰੋ ਤੇ ਰਿਸ਼ਿਕਪੁਰ ਨੇ ਵੀ ਇਹ ਗੱਲ ਮੰਨੀ ਸੀ ਕਿ ਹੁਣ ਮੈਂ ਕੁਝ ਦੇਰ ਦੇ ਲਈ ਟਵਿੱਟਰ ਤੋਂ ਛੁੱਟੀ ਲੈਣ ਜਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਰਾਹੁਲ ਗਾਂਧੀ ਦੀ ਭਾਰਤ ਵਾਪਸੀ ਦੇ ਉੱਤੇ ਟਿੱਪਣੀ ਕੀਤੀ ਹੈ ਜਾਪਦਾ ਨਹੀਂ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਛੁੱਟੀ ਲੈਣ ਦੇ ਇੱਛੁਕ ਵੀ ਨੇ ਭਾਰਤ ਦੇ ਵਿੱਚ ਹਿੰਦੀ ਫਿਲਮਾਂ ਦਾ ਸੀਕਵਲ ਬਣਾਉਣ ਦਾ ਰੁਝਾਨ ਹਰ ਰੋਜ਼ ਜ਼ੋਰ ਫੜਦਾ ਜਾ ਰਿਹਾ ਹੈ ਕਈ ਫਿਲਮਾਂ ਦੀਆਂ ਤਾਂ ਤਿੰਨ ਤਿੰਨ ਚਾਰ ਚਾਰ ਕਿਸ਼ਤਾਂ ਅੱਗੇ ਤੋਂ ਅੱਗੇ ਤੋਂ ਅੱਗੇ ਆ ਜਾਂਦੀਆਂ ਨੇ 1990 ਦੇ ਵਿੱਚ ਸੰਨੀ ਦਿਓਲ ਦੀ ਇੱਕ ਫਿਲਮ ਰਿਲੀਜ਼ ਹੋਈ ਸੀ ਗਾਇਲ ਤੇ ਇਸ ਫਿਲਮ ਨੇ ਬਹੁਤ ਵੱਡਾ ਕਾਰੋਬਾਰ ਕੀਤਾ ਸੀ ਜੇਕਰ ਅਸੀਂ ਸੰਨੀ ਦਿਓਲ ਦੀਆਂ ਪਹਿਲੀਆਂ 5 ਫਿਲਮਾਂ ਦੀ ਗਿਣਤੀ ਕੀਤੀ ਹੋਵੇ ਜਿਹੜੀਆਂ ਸੁਪਰ ਡੁਪਰ ਹਿੱਟ ਰਹੀਆਂ ਤਾਂ ਗਾਇਲ ਦਾ ਨਾਂ ਵੀ ਉਹਨਾਂ ਫਿਲਮਾਂ ਦੇ ਵਿੱਚ ਲਿਆ ਜਾ ਸਕਦਾ ਹੈ ਪਰ ਹੁਣ ਗਾਇਲ ਦਾ ਸਿਕਵਲ ਬਣਾਇਆ ਜਾ ਰਿਹਾ ਹੈ ਗਾਇਲ ਵਾਂਸ ਅਗੇਨ ਦੇ ਨਾਂ ਦੇ ਉੱਤੇ ਇਸ ਫਿਲਮ ਦੇ ਵਿੱਚ ਵੀ ਓਮਪੁਰੀ ਹੋਰਾਂ ਦੀ ਬਹੁਤ ਖੂਬਸੂਰਤ ਅਦਾਕਾਰੀ ਦੀ ਗੱਲ ਸਾਹਮਣੇ ਆਈ ਹੈ ਮੰਨਿਆ ਜਾ ਰਿਹਾ ਕਿ ਓਮਪੁਰੀ ਹੋਰਾਂ ਨੇ 1990 ਦੇ ਵਿੱਚ ਜਿਹੜੀ ਗਾਇਲ ਫਿਲਮ ਦੇ ਵਿੱਚ ਕੰਮ ਕੀਤਾ ਸੀ ਉਹਦੇ ਵਿੱਚ ਇਹਨਾਂ ਨੇ ਏਸੀਪੀ ਡਿਸੂਜਾ ਦਾ ਰੋਲ ਅਦਾ ਕੀਤਾ ਸੀ ਤੇ ਹੁਣ ਜਿਹੜੀ ਫਿਲਮ ਬਣ ਰਹੀ ਹੈ ਲਗਭਗ 25 ਸਾਲ ਦੇ ਵਕਫੇ ਤੋਂ ਬਾਅਦ ਗਾਇਲ ਵਾਂਸ ਅਗੇਨ ਇਹਦੇ ਵਿੱਚ ਵੀ ਓਮਪੁਰੀ ਹੋਰੀ ਇੱਕ ਰਿਟਾਇਰਡ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੇ ਨੇ ਉਹਨਾਂ ਦੀ ਇਸ ਅਦਾਕਾਰੀ ਦੇ ਬਾਬਤ ਬਹੁਤ ਸਾਰੇ ਫਿਲਮ ਦੇ ਯੂਨਟ ਨਾਲ ਜੁੜੇ ਹੋਏ ਲੋਕ ਕਹਿ ਰਹੇ ਨੇ ਕਿ ਉਹਨਾਂ ਦੀ ਅਦਾਕਾਰੀ ਪਹਿਲੀ ਅਦਾਕਾਰੀ ਨਾਲੋਂ ਵੀ ਜਾਨਦਾਰ ਹੈ, ਬਾਖੂਬੀ ਹੈ, ਕਮਾਲ ਦੀ ਹੈ ਤੇ ਜਾਣਕਾਰੀ ਦੋਸਤੋ ਇਹ ਵੀ ਮਿਲੀ ਹੈ ਕਿ ਸੰਨੀ ਦੇਵਲ ਹੋਰੀ ਇਸ ਫਿਲਮ ਨੂੰ ਪ੍ਰੋਡਿਊਸ ਵੀ ਖੁਦ ਕਰ ਰਹੇ ਨੇ ਤੇ ਇਸ ਫਿਲਮ ਦੇ ਡਾਇਰੈਕਟਰ ਵੀ ਖੁਦ ਨੇ ਉਹਨਾਂ ਦੇ ਵੱਲੋਂ ਇਸ ਫਿਲਮ ਦੇ ਜ਼ਰੀਏ ਇੱਕ ਵਾਰ ਫੇਰ ਹਿੰਦੀ ਸਿਨੇਮਾ ਦੇ ਵਿੱਚ ਪੱਕੇ ਪੈਰ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਕਤ ਦੱਸੇਗਾ ਕਿ ਫਿਲਮ ਬਣੇਗੀ ਕਿ ਹੋਜੀ ਇਹ ਵਕਤ ਦੱਸੇਗਾ ਕਿ ਰਿਲੀਜ਼ ਹੋਣ ਤੋਂ ਬਾਅਦ ਕਾਮਯਾਬੀ ਕੀ ਹੋਜੀ ਹਾਸਲ ਕਰੇਗੀ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਅੰਦਰ ਖਾਸ ਕਰਕੇ ਟੀਵੀ ਚੈਨਲਾਂ ਦੇ ਉੱਤੇ ਸਟੈਂਡ ਅਪ ਕਮੇਡੀ ਦਾ ਬਹੁਤ ਵੱਡਾ ਜ਼ੋਰਦਾਰ ਉਚਾਲ ਆਇਆ ਹੋਇਆ ਹੈ ਬਹੁਤ ਤੇਜ਼ ਹਨੇਰੀ ਆਈ ਹੋਈ ਹੈ ਕਪਿਲ ਸ਼ਰਮਾ ਦੀ ਅਦਾਕਾਰੀ ਵਾਲੇ ਸਾਰੇ ਜਾਣਦੇ ਆ ਸ਼ੋ ਨੇ ਕਿੰਨੀ ਕਾਮਯਾਬੀ ਹਾਸਲ ਕੀਤੀ ਜਿਹਦਾ ਨਾਮ ਹੈ ਕਮੇਡੀ ਨਾਈਟਸ ਵਿਦ ਕਪਲ ਕਪਲ ਨੇ ਇਸ ਸ਼ੋ ਦੇ ਜ਼ਰੀਏ ਕਲਜ਼ ਟੀਵੀ ਚੈਨਲ ਦੇ ਉੱਤੇ ਜੋ ਮਾਰਕਾ ਮਾਰਿਆ ਉਦੇ ਬਾਬਤ ਆਪਾਂ ਸਾਰੇ ਜਾਣਦੇ ਆ ਪਰ ਇਸ ਸ਼ੋਹ ਦੀ ਕਾਬਿਆਬੀ ਦੇ ਨਾਲ ਕੁਝ ਕੋ ਹੋਰ ਲੋਕ ਵੀ ਜੁੜੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਸੁਨੀਲ ਗਰੋਵਰ ਜਿਹਦੇ ਵੱਲੋਂ ਗੁੱਥੀ ਦਾ ਕਿਰਦਾਰ ਨਿਭਾਇਆ ਜਾਂਦਾ ਹੈ ਗੁੱਥੀ ਦੇ ਕਿਰਦਾਰ ਬਾਰੇ ਬੱਚਾ ਬੱਚਾ ਭਲੀ ਭਾਂਤ ਜਾਣੂ ਹੈ ਪਰ ਹੁਣ ਪਤਾ ਲੱਗਾ ਏ ਕਿ ਗੱਬਰ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਤੇ ਇਹਦੇ ਵਿੱਚ ਅਕਸ਼ੇ ਕੁਮਾਰ ਦੀ ਮੁੱਖ ਅਦਾਕਾਰੀ ਕੀਤੀ ਹੈ ਤੇ ਸੁਨੀਲ ਗਰੋਵਰ ਨੇ ਇਸ ਫਿਲਮ ਦੇ ਵਿੱਚ ਯਾਨੀ ਕਿ ਗੁੱਥੀ ਨੇ ਇਸ ਫਿਲਮ ਦੇ ਵਿੱਚ ਪੁਲਿਸ ਵਾਲੇ ਦਾ ਕਿਰਦਾਰ ਨਿਭਾਇਆ ਹੈ ਸੁਨੀਲ ਗਰੋਵਰ ਦਾ ਇਹ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਕੰਮ ਕਰਕੇ ਮੈਂ ਥੋੜਾ ਜਿਹਾ ਨਰਵਸ ਜ਼ਰੂਰ ਹਾਂ ਪਰ ਮੈਨੂੰ ਇਦਾਂ ਜਾਪਦਾ ਹੈ ਕਿ ਮੇਰੀ ਅਦਾਕਾਰੀ ਨੂੰ ਜਿਵੇਂ ਕਾਮੇਡੀ ਨਾਈਟਸ ਵਿਦ ਕਪਲ ਦੇ ਵਿੱਚ ਦਰਸ਼ਕਾਂ ਨੇ ਸਲਾਇਆ ਏ ਇਸ ਫਿਲਮ ਦੇ ਵਿੱਚ ਵੀ ਸਲਾਇਆ ਜਾਏਗਾ ਇਸ ਫਿਲਮ ਦੇ ਵਿੱਚ ਮੇਰਾ ਪੋਜ਼ਿਟਿਵ ਕਿਰਦਾਰ ਹੈ ਤੇ ਭਵਿੱਖ ਦੇ ਲਈ ਵੀ ਇਹ ਫਿਲਮ ਮੇਰੇ ਵਾਸਤੇ ਦਰਵਾਜ਼ੇ ਖੋਲ ਦੇਵੇਗੀ ਇਸ ਫਿਲਮ ਦਾ ਪੂਰਾ ਨਾਂ ਹੈ ਦੱਬਰ ਇਜ਼ ਬੈਕ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ 1 ਮਈ ਤੱਕ ਰਿਲੀਜ਼ ਹੋ ਜਾਣੀ ਹੈ ਹੁਣ ਗੱਲ ਕਰਦੇ ਹਾਂ ਪੰਜਾਬੀ ਸਿਨੇਮੇ ਦੀ ਹਰ ਹਫਤੇ ਕੋਈ ਨਾ ਕੋਈ ਫਿਲਮ ਮੂਡ ਰਿਲੀਜ਼ ਹੋਣ ਲੱਗੀ ਹੈ ਪਰ ਵੱਖਰੀ ਗੱਲ ਇਹ ਹੈ ਕਿ ਹੁਣ ਰਿਲੀਜ਼ ਹੋਣ ਵਾਲੀਆਂ ਫਿਲਮਾਂ ਪਿਛਲੇ ਵਿਸ਼ਿਆਂ ਦੇ ਨਾਲੋਂ ਬਿਲਕੁਲ ਪਿੰਨ ਨੇ ਇਸ ਵਾਰ 17 ਅਪ੍ਰੈਲ ਨੂੰ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਰਾਜ ਕਾਕੜਾ ਦੀ ਅਦਾਕਾਰੀ ਵਾਲੀ ਫਿਲਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਦੂਜੀ ਫਿਲਮ ਹੈ ਜਿਹੜੀ ਕਾਮੇਡੀ ਦੇ ਉੱਤੇ ਆਧਾਰਿਤ ਹੈ ਬੋਲ ਮੇਰੇ ਕੁੱਕੜਾ ਕੁਕੜੂ ਕੜੂ ਕੜੂ ਵਾਲੀ ਫਿਲਮ ਦੇ ਬਾਬਤਾਂ ਦਰਸ਼ਕਾਂ ਦੇ ਵੱਡੇ ਹਿੱਸੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਫਿਲਮ ਦੇ ਵਿੱਚ ਬੇਸ਼ੱਕ ਹਸਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਇਹਦੇ ਨਾਂ ਤੋਂ ਇਦਾਂ ਜਾਪਦਾ ਹੈ ਜਿਵੇਂ ਇਹ ਕਿਸੇ ਸੀਰੀਅਲ ਦਾ ਨਾਂ ਹੋਵੇ ਜਾਂ ਕਿਸੇ ਕਾਮੇਡੀ ਕੈਸਟ ਦਾ ਨਾਂ ਰੱਖਿਆ ਗਿਆ ਹੋਵੇ ਇਹਦੇ ਬਾਬਤ ਅਸੀਂ ਇਹੀ ਗੱਲ ਕਹਾਂਗੇ ਕਿ ਪ੍ਰਚਾਰ ਦੀ ਬੜੀ ਵੱਡੀ ਜ਼ਰੂਰਤ ਹੁੰਦੀ ਹੈ ਮੀਡੀਏ ਦੇ ਵੱਖ-ਵੱਖ ਅੰਗਾਂ ਦੇ ਵਿੱਚ ਜਿਹੜਾ ਕਿ ਕੁਕੜੂ ਕਣੂ ਵਾਲੀ ਫਿਲਮ ਦੇ ਲਈ ਘੱਟ ਦੇਖਣ ਨੂੰ ਮਿਲਿਆ ਤੇ ਗੱਲ ਕਰੀਏ ਜੇਕਰ ਰਾਜ ਕਾਕੜਾ ਦੀ ਫਿਲਮ ਦੀ ਤਾਂ ਰਾਜ ਕਾਕੜੇ ਦੀ ਪਿਛਲੀ ਫਿਲਮ ਜਿਹੜੀ ਰਿਲੀਜ਼ ਹੋਣੀ ਸੀ ਕੌਮ ਦੇ ਹੀਰੇ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਸੀ ਹੋ ਸਕੀ ਕਈ ਕਾਰਨਾ ਕਰਕੇ ਪਰ ਇਸ ਫਿਲਮ ਪੱਤਾ ਪੱਤਾ ਸਿੰਘਾਂ ਦਾ ਵਹਿਰੀ ਨੂੰ ਭਾਰਤ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਭਰਵਾ ਹੰਗਾਰਾ ਮਿਲਿਆ ਹੈ ਆਪਣੀ ਇਸ ਫਿਲਮ ਦੀ ਕਾਮਯਾਬੀ ਤੋਂ ਗਦਗਦ ਰਾਜਕਾਕੜਾ ਦਾ ਇਹ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਅਸੀਂ ਕਿਸੇ ਦੀ ਖਿਲਾਫਤ ਵਾਲੀ ਕੋਈ ਗੱਲ ਨਹੀਂ ਕੀਤੀ ਅਸੀਂ ਸਿਰਫ ਤੇ ਸਿਰਫ ਅਤੀਤ ਦੇ ਵਿੱਚ ਜਦੋਂ 1982 ਤੋਂ 1992 ਤੱਕ ਦਾ ਦੌਰ ਸੀ ਪੁਲਿਸ ਦੇ ਮਾਰੇ ਕਿਰਦਾਰ ਦੀ ਗੱਲ ਕੀਤੀ ਹੈ ਬਕਸੂਰ ਨੌਜਵਾਨਾਂ ਦੇ ਉੱਤੇ ਜਿਹੜਾ ਸਰਕਾਰੀ ਡੰਡਾ ਚੱਲਿਆ ਸਰਕਾਰੀ ਗੋਲੀ ਚੱਲੀ ਉਹਦੀ ਗੱਲ ਕੀਤੀ ਹੈ ਤੇ ਰਾਜਕਾਕੜਾ ਨੇ ਕਿਹਾ ਹੈ ਕਿ ਜਿਵੇਂ ਫਿਲਮ ਨੂੰ ਪੰਜਾਬ ਦੇ ਵਿੱਚ ਹੰਗਾਰਾ ਮਿਲਿਆ ਕੈਨੇਡਾ ਅਮਰੀਕਾ ਇੰਗਲੈਂਡ ਤੇ ਬਾਕੀ ਮੁਲਕਾਂ ਦੇ ਵਿੱਚ ਵੀ ਇਸ ਫਿਲਮ ਨੂੰ ਇਸੇ ਤਰ੍ਹਾਂ ਦਰਸ਼ਕਾਂ ਨੇ ਪਿਆਰ ਦਿੱਤਾ ਹੈ ਤੇ ਆਖਰੀ ਖਬਰ ਹੈ ਫਿਲਮ ਨਾਨਕ ਸ਼ਾ ਫਕੀਰ ਦੇ ਬਾਬਤ ਨਾਨਕਸ਼ਾ ਫਕੀਰ ਫਿਲਮ ਦਾ ਪ੍ਰਚਾਰ ਹਰਿੰਦਰ ਸਿੱਕਾ ਹੋਰਾਂ ਵੱਲੋਂ ਬੜੀ ਵੱਡੇ ਪੱਧਰ ਤੇ ਕੀਤਾ ਗਿਆ ਸੀ ਉਮੀਦ ਸੀ ਕਿ ਇਹ ਫਿਲਮ ਵੀ 17 April ਨੂੰ ਰਿਲੀਜ਼ ਹੋ ਜਾਣੀ ਹੈ ਪਰ ਫਿਲਮ ਦੀ ਰਿਲੀਜ਼ਿੰਗ ਤੋਂ 2 ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇਸ ਫਿਲਮ ਦੀ ਰਿਲੀਜ਼ਿੰਗ ਦੇ ਉੱਤੇ ਪਾਬੰਦੀ ਲਗਾ ਦਿੱਤੀ ਬਾਅਦ ਦੇ ਵਿੱਚ ਖਬਰ ਇਹ ਆਈ ਕਿ ਚੰਡੀਗੜ੍ਹ ਦੇ ਵਿੱਚ ਇਹਦੀ ਸਕਰੀਨਿੰਗ ਹੋਏਗੀ ਪਰ ਫਿਰ ਪਤਾ ਲੱਗਾ ਕਿ ਉੱਥੇ ਵੀ ਇਸ ਫਿਲਮ ਦਾ ਪ੍ਰੀਮੀਅਰ ਨਹੀਂ ਦਿਖਾਉਣ ਦਿੱਤਾ ਗਿਆ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਇਸ ਫਿਲਮ ਦਾ ਪ੍ਰਦਰਸ਼ਨ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਸੀ ਅਮਨ ਕਾਨੂੰਨ ਸ਼ਾਂਤੀ ਪੰਗ ਹੋ ਸਕਦੀ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਆਮ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਅਕਤੀਗਤ ਰੂਪ ਦੇ ਵਿੱਚ ਤੁਰਦਿਆਂ ਫਿਰਦਿਆਂ ਕਿਸੇ ਵੀ ਫਿਲਮ ਦੇ ਵਿੱਚ ਕਿਸੇ ਵੀ ਸੀਰੀਅਲ ਦੇ ਵਿੱਚ ਜਦੋਂ ਨਹੀਂ ਦਿਖਾਇਆ ਜਾ ਸਕਦਾ ਤਾਂ ਨਾਨਕ ਸ਼ਾ ਫਕੀਰ ਫਿਲਮ ਦੇ ਵਿੱਚ ਕਿਉਂ ਦਿਖਾਇਆ ਗਿਆ ਹੈ ਫਿਲਹਾਲ ਨਿਰਮਾਤਾ ਨੇ ਇਸ ਰੋਕ ਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸਰਕਾਰ ਦੇ ਵੱਲੋਂ 2 ਮਹੀਨੇ ਦੇ ਲਈ ਇਸ ਫਿਲਮ ਦੀ ਰਿਲੀਜ਼ਿੰਗ ਉੱਤੇ ਪੰਜਾਬ ਦੇ ਅੰਦਰ پابੰਦੀ ਲਗਾਈ ਗਈ ਹੈ ਹੁਣ ਵੇਲਾ ਹੋ ਚੱਲਿਆ ਹੈ ਤੁਹਾਤੋਂ ਇਜਾਜ਼ਤ ਲੈਣ ਦਾ ਅਗਲੇ ਹਫਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਲੈ ਕੇ ਮੁੜ حاضر ਹੋਵਾਂਗੇ ਉਦੋਂ ਤੱਕ ਲਈ ਸਵਰਨ ਸਿੰਘ ਟੈਣਾ ਨੂੰ ਦਿਓ ਆਗਿਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ